ਜਮਾਂ ਕੰਮ ਨਹੀਂ ਸੀ, ਜਮਾਂ ਵਿਹਲੇ ਬੈਠੇ ਸੀਗੇ, ਹਨਾ ਕੋਈ ਪੁੱਛਦਾ ਨਹੀਂ ਸੀਗਾ ਪੰਜਾਬੀ ਸਿਨੇਮੇ ਦੇ ਵਿੱਚ। ਹੁਣ ਸਾਡੀ ਇੰਡਸਟਰੀ ਨੇ ਕੀ ਰੀਤ ਪਾਈ ਸੀ ਕਿ ਬੰਬੇ ਤੋਂ ਚੱਕੋ ਜੀ ਬੰਦਾ, ਬੰਬੇ ਤੋਂ ਲਿਆਓ ਵੱਡਾ ਨਾਮ, ਪੰਜਾਬੀ ਬੋਲਣੀ ਨਹੀਂ ਸੀ ਆਉਂਦੀ। ਖੰਘ ਦੀ ਦਵਾਈ ਆ, ਬਿਮਾਰ ਆ ਵਿਚਾਰਾ ਇਹ। ਕੁਛ ਕੁ ਲੋਕ ਨੇ ਜਿਵੇਂ ਜੀ ਆ ਗਈ ਜੀ ਨਸ਼ਿਆਂ 'ਤੇ ਫਿਲਮ ਆ ਗਈ ਜੀ, ਇਹ ਤਾਂ ਨਸ਼ੇ ਨੂੰ ਬੜਾਵਾ ਦਊਗੀ ਜੀ, ਇਹ ਤਾਂ ਐਕਸ਼ਨ ਕਰਨ ਲੱਗ ਗਏ ਜੀ, ਐਕਸ਼ਨ ਨੂੰ ਇਹ ਤਾਂ ਪਤਾ ਨਹੀਂ ਕੀ ਸਾਡੀ ਮੰਡੀਰ ਵਿਗਾੜਨਗੇ, ਯੂਥ ਵਿਗਾੜਨਗੇ। ਸੱਚੇ ਮੰਡੀਰ ਨਹੀਂ ਰਹੇ ਬਜ਼ੁਰਗਾਂ 'ਚ ਆ ਚੁੱਕੇ। ਉਹ ਕਹਿੰਦਾ ਮੁੰਡਿਆਂ ਤੋਂ ਸਵਾਲ ਪੁੱਛੋ ਤੁਸੀਂ, ਟੋਬੇ 'ਚ ਵੜਨਾ ਲਿਆਂਦਾ ਨਾ ਫਿਰ ਬੀਚ ਤੇ। ਮੈਨੂੰ ਤਾਂ ਕਈ ਵਾਰ ਮੈਂ ਕਿਸੇ ਦੇ ਭੋਗ ਤੇ ਜਾਵਾਂ, ਮੈਨੂੰ ਰਿਐਕਸ਼ਨ ਨਹੀਂ ਦੇਣੇ ਆਉਂਦੇ। ਮੇਰੀ ਮਾਂ ਕਿਸੇ ਦੇ ਘਰ ਦਾਲ ਦੀ ਕੌਲੀ ਨਹੀਂ ਮੰਗਣ ਗਈ ਤੇ ਤੂੰ ਮੈਨੂੰ ਨਸ਼ੇ ਮੰਗਣ ਲਾਤਾ। ਦੇਖੋ ਜਿਹੜਾ ਚਿੱਟੇ ਤੇ ਪਹੁੰਚ ਗਿਆ ਨਾ, ਉਹਨੂੰ ਭਾਵੇਂ ਤੁਸੀਂ ਕੁਛ ਵੀ ਨੀਲਾ ਪੀਲਾ ਜੋ ਮਰਜ਼ੀ ਦੇ ਦਿਓ, ਉਹਨੇ ਚਿੱਟੇ ਵੱਲ ਭੱਜ ਕੇ ਜਾਣਾ ਹੀ ਜਾਣਾ। ਤਾਂ ਜ਼ਰੂਰਤ ਇਸ ਗੱਲ ਦੀ ਆ ਕਿ ਜਿਹੜੀ ਉਹਦੀ ਭਟਕਣਾ ਉਹ ਅਸੀਂ ਖਤਮ ਕਰੀਏ। ਤੁਰ ਪਿਆ ਨਾ ਪਿਓ ਦਾਦੇ ਦੀ ਲੀਹ, ਬਣ ਗਿਆ ਨਾ ਉਹੀ ਡਾਕੂਆਂ ਦਾ ਮੁੰਡਾ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ।